السلام علیکم دوستو، پجن کارنر چینل چ خوش آمدید۔ ٹھیک ہے جی بھائی جان، ویلکم، خوش آمدید۔ میرے بھائی کہہ رہے سکے جڑے پنڈوں کبوتر لے آندے او سانو دکھا، اسی لینے آ۔ دیکھو جی، جن دینے ہوں بڑا کچھ کہندا وا، اللہ دی قسم ہے ایداں، خدا دی قسم ہے ایداں، تے قسم ہے اللہ دی ایداں، لیکن کبوتر دیکھ کے بھی کچھ پتہ چل جاندا کہ کس کیٹاگری دا کبوتر آ۔ اے بھائی جان 17 کبوتر آ، ٹوٹل 17 کبوتر، صحیح ہے میرے بھائی؟ یقین کرو بچ مادیاں بھی آ تے نر بھی آ، تے یہی کبوتر جوڑے لاؤن والے کبوتر بھی بن جاندے آ، کیونکہ یہ کبوتر اڑے ڈائے ہوندے آ۔ یہ بہت ہے نا، پنڈ تو شہروں چوں باہر کتے جا کے یہ اتھوں کبوتر لیاندے آ۔ میں اگلے دن ویڈیو بھی لائی سی، تے بھاجی یہ کبوتر آ، یہ دیکھو ہے جی کسوری جی مادی آ، ماشاء اللہ بہت اچھی، یہ چپڑا کبوتر آ جی، یہ بھی گرنٹیاں دینا سی جی، شام شام کا کٹتا بہت والا، وہ ایک ٹیڑی کبوتری آ پرے پیچھے کھڑی، صحیح ہے؟ اتنے ایک موتی والی کبوتری آ، وہ جی گھر کی پٹھی آ، دو آ میرے خیال میں، ایک ہے جی دیکھو پیچھے بیٹھی ہیں دو، تو یہ دیکھو بالکل چٹی اکھ دی مادی ہے ماشاء اللہ، یہ دیکھو ایس کسوسیا چھاپدار جی، یہ جونسرا کبوتر آ، ایک اتنے کتنے بٹیرا کبوتر بھی ہے وا، یہ دیکھو یہ بٹیرا کبوتر آ جی، یہ رنگ بھی لگے انہوں نے مالٹے رنگ کے، کہتے یار بند اکھان کا کبوتر، کہتا ہی بہت اڑیا وا، صحیح ہے؟ یہ بھائی جی ٹوٹل ہے گئے 16 کبوتر، ایک بچ ہے دیکھو کالی اکھ کا چٹا وا، یہ چلو رہن دینے کسی نے نہیں دینے، یہ 16 کبوتر ہے ٹوٹل۔ ਇਹ ਮਾਦੀ ਜਿਹੜੀ ਆ ਇਹ ਪੱਕੇ ਝੋਲੇ 'ਚ ਹਲਕੀ ਜਿਹੀ, ਸਹੀ ਆ ਜੀ। 700 ਰੁਪਈਆ ਕੀਮਤ ਆ ਭਾਈ ਜਾਨ, 700 ਰੁਪਈਆ ਕੀਮਤ, 17 ਕਬੂਤਰ। ਇਹ ਦੇਖੋ ਕਬੂਤਰ ਦੀ ਲੰਮੀ ਹੱਡੀ, ਪੂਰਾ ਵਜੂਦ ਦਾ ਕਬੂਤਰ ਹੈ, ਦੇਖੋ ਇਹਦੀ ਖਲੋਣੀ ਸਲਾਰਾ ਕਬੂਤਰ ਆ, ਠੀਕ ਆ ਜੇ। ਇਹ ਦੇਖੋ ਕਬੂਤਰ ਆ, ਉਹ ਮਾਦੀ ਆ ਬੜੇ ਟੈੜੀ ਜੀ ਮਾਦੀ ਖੜੀ, ਚਿੱਟੇ ਮੂੰਹ ਵਾਲੀ, ਠੀਕ ਹੈ ਜੀ। ਇਹ ਬੰਦ ਅੱਖ ਦਾ ਕਬੂਤਰ, ਖਰਗੋਸ਼ ਅੱਖਾਂ ਦੇ ਜਿਹਨੂੰ ਕਬੂਤਰ ਕਹਿੰਦੇ ਉਹ ਆ ਕਬੂਤਰ। ਸਾਰੇ ਦੇਖ ਲਓ ਐਕਟਿਵ ਅਤੇ ਹੈਲਦੀ, ਇਹ ਦੇਖੋ ਮਾਸ਼ਾਅੱਲਾ ਜੀ ਲੰਮੇ ਵਜੂਦ ਦਾ, ਚਸਟ ਦੇਖ ਲਓ ਇਹਦੀ, ਪੂਰਾ ਕਬੂਤਰ ਯਾਰ ਆਪਣੇ ਲਓ। ਦੇਖੋ ਮੈਂ ਦੇਣੇ ਆਪਣੇ ਹਿਸਾਬ ਨਾਲ, ਮੈਂ ਖਰਚਾ ਵੀ ਪਾਉਣਾ ਆਪਣਾ, ਆਉਣ ਜਾਣ ਦਾ ਸਾਰਾ ਕੁਛ ਕਰਨਾ, ਠੀਕ ਆ। ਵਿੱਚੋਂ ਮਾੜੀਆਂ ਸ਼ੈਵਾਂ ਮੈਂ ਸਾਈਡ 'ਤੇ ਕਰ ਦੇਣੀਆਂ, ਉਹਨਾਂ ਦੀ ਕੋਈ ਫਾਇਦਾ ਨਹੀਂ ਹੈਗਾ। ਅਤੇ ਜਦੋਂ ਅਸੀਂ ਲਈ ਦੇਵੇ ਸਾਰੇ, ਇਹ ਦੇਖੋ ਕਬੂਤਰ ਕਿੱਡਾ ਲੰਮਾ ਕਬੂਤਰ ਹੈ ਜਿਹੜਾ, ਮਾਸ਼ਾਅੱਲਾ ਜੇਠ 'ਚ ਭਾਅ ਜੀ ਇਹੀ ਉੱਡਦੇ ਸਾਦੀਆਂ ਅੱਖਾਂ ਦੇ, ਠੀਕ ਹੈ ਨਾ। ਇਹ ਬੰਦ ਅੱਖ ਦਾ ਕਬੂਤਰ ਕਹਿੰਦਾ ਸੀ, ਬਹੁਤ ਉੜਿਆ ਖਰਗੋਸ਼ ਅੱਖਾਂ ਦਾ ਜਿਹੜਾ ਵਾ। ਅਤੇ ਇਹ ਦੇਖੋ ਪਰੇ ਉਹਦੇ ਪੰਜੇ ਦੇਖ ਲਿਆ, ਇਸ ਕਬੂਤਰ ਨੂੰ ਜੋੜੇ ਲਾ ਲਓ ਜਿਹੜਾ ਮਰਜ਼ੀ, ਇਹੀ ਜੋੜਾ ਬਾਅਦ 'ਚ ਤੁਸੀਂ 20,000 ਦਾ ਕਰਕੇ ਵੇਚ ਦਿਓ, 10,000 ਦਾ ਗਰੰਟੀ ਨਾਲ ਬਚੇ ਜਿਹੜਾ, ਉਹ ਇਹ ਕਬੂਤਰ ਜਿਹੜਾ ਹੁਣ ਦਿਖਾਇਆ। ਪੰਜੇ ਦੇਖੋ ਗਹਿਰੇ ਖੁਸ਼ਕ ਪੰਜੇ, ਇਹ ਦੇਖੋ ਇਹਦੀਆਂ ਕੱਸਾਂ ਬਣੀਆਂ ਕਬੂਤਰ ਦੀਆਂ, ਇਹ ਚਪੜਾ ਕਬੂਤਰ ਮਾਸ਼ਾਅੱਲਾ, ਦੇਖੋ ਕਿਆ ਸ਼ਾਨਦਾਰ ਮਾਸ਼ਾਅੱਲਾ ਕਬੂਤਰ ਹੈ ਜੀ ਭਾਅ ਜੀ। 700 ਰੁਪਈਆ ਕੀਮਤ ਟੋਟਲ ਹੈਗੇ ਆ 16 ਕਬੂਤਰ, ਠੀਕ ਹੈ। ਇਹ ਵਿੱਚ ਬਟਾਰਾ ਬਟੇਰਾ ਕਬੂਤਰ ਯਾਰ, ਇਹ ਬਟੇਰੇ ਕਬੂਤਰ ਨੂੰ ਹੋਣਾ, ਇਸ ਬਟੇਰੇ ਕਬੂਤਰ ਨੂੰ ਜਿਹੜੀ ਪਿੱਛੇ 'ਤੇ ਮਾਦੀ ਖੜੀ, ਇਹਦੇ ਨਾਲ ਹੀ ਲਾ ਦਿਓ ਜੋੜਾ, ਅੱਲਾ ਖੈਰ ਕਰੇਗਾ ਇਨਸ਼ਾਅੱਲਾ, ਮੀਂਹ ਦਾ ਬੱਚੇ ਵੀ ਡਾਊਗਾ। ਇਹ ਕੁ ਮਾਦੀ ਆ, ਡੇਲਾ ਇਹਦਾ ਬਾਹਰ ਆ, ਅਤੇ ਚਿੱਟੀ ਅੱਖ ਦੀ ਮਾਦੀ ਆ ਮਾਸ਼ਾਅੱਲਾ, ਬਹੁਤ ਅੱਛੀ ਜੋੜਿਆਂ ਵਾਲੀ ਮਾਦੀ ਹੈ ਵੀ। ਅਤੇ ਇਹ ਦੇਖੋ ਇਹ ਵੀ ਕਬੂਤਰ ਅੱਛਾ ਵਾ, ਇਕੱਲਾ ਇਕੱਲਾ ਕਬੂਤਰ ਤੁਹਾਨੂੰ ਦਿਖਾਤਾ ਇਹ ਕਬੂਤਰ, ਠੀਕ ਆ। ਜੌਂਸਰੇ ਬੰਦ ਤੰਗ ਜੋੜ ਵਾਲੇ, ਲੰਮੀਆਂ ਹੱਡੀਆਂ ਵਾਲੇ ਕਬੂਤਰ, ਪੂਰੇ ਵਜੂਦ ਦੇ 17 ਕਬੂਤਰ, 700 ਰੁਪਈਆ ਕੀਮਤ। ਇਹ ਬਿਲਕੁਲ ਚਿੱਟੀ ਅੱਖ ਦੀ ਮੋਤੀਆਂ ਵਾਲੀ ਮਾਦੀ ਆ, ਚਿੱਟੀ ਅੱਖ ਦੀ। ਇਹ ਪਿਛਲੀ ਪਤਾ ਨਹੀਂ ਇਹਦੀ ਭੈਣ ਆ, ਦੋਨੀ ਭੈਣਾਂ ਹੀ ਆ ਲੱਗਣ ਦੀਆਂ ਸ਼ਕਲੋਂ, ਠੀਕ ਆ। ਆਹ ਇਹਨਾਂ ਦਾ ਭਰਾ ਲੱਗਦਾ ਵਾ ਇਕੱਠਾ ਹੀ, ਤਿੰਨੇ ਇੱਕੋ ਮੋਤੀਆਂ ਵਾਲੇ ਆ, ਕਾਲੇ ਮੋਤੀਆਂ ਵਾਲੇ, ਅਕਲ ਸਿਰੇ ਅਕਲ ਦੁੰਬੇ, ਸਹੀ ਹੈ ਜੀ। ਇਹ ਕਬੂਤਰ ਬਹੁਤ ਪਸੰਦ ਆਇਆ ਜੀ ਮੈਨੂੰ, ਇਹ ਕਹੋ ਪਰੇ ਕਬੂਤਰ ਮੈਂ ਤੁਹਾਨੂੰ ਅੱਖ ਫੜ ਕੇ ਦਿਖਾਉਂਦਾ ਵਾ, ਠੀਕ ਹੈ ਜੀ। ਮੈਂ ਤੁਹਾਨੂੰ ਅੱਖ ਫੜ ਕੇ ਦਿਖਾਉਂਦਾ, ਦੇਖਿਓ ਜ਼ਰਾ ਇਹ ਕਬੂਤਰ ਦੀ ਅੱਖ ਦੇਖਿਓ ਮਾਸ਼ਾਅੱਲਾ, ਇਹ ਦੇਖਿਓ ਜ਼ਰਾ, ਇਹ ਦੇਖੋ, ਠੀਕ ਆ। ਸ਼ਾਨਦਾਰ ਅੱਖਾਂ ਦੇ ਮਾਲਕ ਆ ਮਾਸ਼ਾਅੱਲਾ, ਕਬੂਤਰ ਸਾਰੇ ਹੀ ਚੰਗੇ ਆ। ਇਹ ਕਬੂਤਰੀ ਆ, ਪਤਾ ਨਹੀਂ ਪੂਰੇ ਵਜੂਦ ਦੀ ਤੰਗ ਹੱਡੀ ਜੋੜ ਦੀ ਮਾਲਕ ਆ। ਇਹ ਦੇਖੋ ਇਹ ਜੋੜਿਆਂ ਵਾਲੀ ਮਾਦੀ ਆ, ਪਲਕ ਦੇਖੋ ਇਹਦੀ ਯਾਰ। ਇਹਨਾਂ ਕਬੂਤਰਾਂ ਨੂੰ ਤੁਸੀਂ ਆਪਣੇ ਟੈਡੀ ਗੋਲਡਨ ਘਮੱਗਰਾਂ ਨਾਲ ਪਾ ਦਿਓ, ਇਹਨਾਂ ਕੋਲ ਜਿੰਨਾ ਮਰਜ਼ੀ ਰਿਜ਼ਲਟ ਲਾ ਲਓ, ਮੈਂ ਤੁਹਾਨੂੰ ਜੋੜ ਦਵਾਂ ਤੁਸੀਂ ਰਹਾ ਰਹੇ। ਇਹ ਕਬੂਤਰ ਨੂੰ, ਇਹ ਜਿਹੜਾ ਕਬੂਤਰ ਖੜਾ ਨਾ, ਇਹਨੂੰ ਇੱਥੋਂ ਵਿੱਚੋਂ ਇੱਕ ਕਬੂਤਰੀ ਕੱਢ ਕੇ ਉਹਦੇ ਨਾਲ ਜੋੜਾ ਲਾ ਦਿਓ ਭਾਈ ਜੀ, ਵਾਈਬ੍ਰੇਸ਼ਨ ਦੇ ਲਓ। ਇਸ ਕਬੂਤਰ ਨੂੰ ਵੀ ਜੋੜੇ ਲਾ ਦਿਓ, ਤੁਸੀਂ ਉਡਾਉਣਾ ਜੇਠ 'ਚ, ਵਿਸਾਖ ਜੇਠ 'ਚ, ਉਸ ਤੋਂ ਪਹਿਲੇ ਤੁਸੀਂ ਇਹਨਾਂ ਨੂੰ ਜੋੜੇ ਲਾਓ ਮੇਰੇ ਕਹਿਣ 'ਤੇ, ਇਹਨਾਂ ਦੇ ਬੱਚੇ ਲਾਓ ਆਪਸ ਦੇ ਵਿੱਚ ਇਹਨਾਂ ਨੂੰ ਲਾ ਕੇ। ਤੇ ਇਨਸ਼ਾਅੱਲਾ ਮੈਂ ਕਹਿੰਦਾ ਕਿ ਤੁਸੀਂ ਕਬੂਤਰ ਹੀ ਨਹੀਂ ਉਡਾਉਣੇ, ਮੈਂ ਤਾਂ ਇਹ ਕਬੂਤਰਾਂ ਦਾ ਫੇਵਰੇਟ ਹਾਂ ਜੀ, ਇਹ ਸਾਦੇ ਕਬੂਤਰ ਜਿਹੜੇ, ਮੈਂ ਤਾਂ ਕਹਿੰਦਾ ਬੱਚੇ ਵੀ ਇਹੀ ਜੇਠ 'ਚ ਸ਼ਾਮ ਸ਼ਾਮ ਤੱਕ ਉਡਾਉਂਦੇ ਆ। ਇਹ ਭਾਅ ਜੀ 16 ਕਬੂਤਰ ਆ ਮੇਰਾ ਭਾਈ, ਦੇਖ ਲਓ ਸਾਰੇ, ਇਹ ਦੇਖੋ ਕਬੂਤਰਾਂ ਦੇ ਕੱਦ ਕਾਠ ਦੇਖ ਲਓ ਕਿਹੜੇ ਕਿਹੜੇ ਆ, ਲੰਮੀਆਂ ਹੱਡੀਆਂ ਦੇ ਤੰਗ ਜੋੜਾਂ ਦੇ ਕਬੂਤਰ ਮਾਸ਼ਾਅੱਲਾ, ਇਹ ਜੌਂਸਰੇ ਕਲ ਦੁੰਬੇ, ਠੀਕ ਆ ਮੇਰੇ ਭਾਈ। ਇਹਦੇ ਵਿੱਚ ਮਾਦੀਆਂ ਵੀ ਉਨੀਆਂ ਗਿਆ ਤਕਰੀਬਨ, ਇਹ ਕਬੂਤਰ ਵੀ ਬੜਾ ਮਾਸ਼ਾਅੱਲਾ ਪਰਵਾਜ਼ੀ ਕਬੂਤਰ ਅੱਛਾ ਵਾ, ਇਹ ਦੇਖੋ ਮਾਦੀਆਂ, ਠੀਕ ਆ ਜੀ। 16 ਕਬੂਤਰ ਆ, 700 ਰੁਪਈਆ ਕੀਮਤ ਆ। ਜਿਹੜੇ ਮੇਰੇ ਭਰਾ ਨੇ ਲੈਣਾ ਹੋਵੇ ਜਨਾਬ, 0306-7085-028 'ਤੇ ਰਾਬਤਾ ਕਰ ਸਕਦਾ ਵਾ, ਅਤੇ ਕਾਰਗੋ ਕਰ ਦਿਆਂਗੇ ਜਨਾਬ, ਸਿੱਧੀ ਜੀ ਗੱਲ ਆ। ਅਤੇ ਭਾਈ ਮੈਂ ਕੋਈ ਨਹੀਂ ਕਿਸਮਾਂ ਚੁੱਕਦਾ ਨਾ, ਵਾਅਦੇ ਕਰਦਾ, ਕਿਸਮਤ ਤੁਹਾਡੀ ਮੇਰੇ ਵੱਲੋਂ 5 ਮਿੰਟ ਵੀ ਨਾ ਉੜਨ, ਮੇਰੇ ਵੱਲੋਂ 1 ਮਿੰਟ ਵੀ ਨਾ ਉੜਨ, ਠੀਕ ਆ। ਲੇਕਿਨ ਦੇਖਣ ਵੱਲੋਂ ਪਤਾ ਲੱਗ ਜਾਂਦਾ ਹੁੰਦਾ ਬੰਦੇ ਨੂੰ ਵੀ ਸ਼ੈ ਉੜਨ ਵਾਲੀ ਹੈਗੀ ਕਿ ਨਹੀਂ ਹੈਗੀ।
ਅਸੀਂ ਐਵੇਂ ਦੇਖ ਕੇ ਅਸਖਰ ਅਸੀਂ ਵੀ ਕਬੂਤਰ ਰੱਖੇ ਸਾਨੂੰ ਇੰਨੀ ਕੁ ਤਾਂ ਪਤਾ ਲੱਗਦਾ ਠੀਕ ਹੈ ਇਹ ਕਬੂਤਰ ਮੈਂ ਤੁਹਾਨੂੰ ਦਾਅਵਾ ਕਰਦਾ ਕਿ ਕਬੂਤਰ ਬਾਜ਼ੀ 'ਚ ਪਏਗਾ ਕਾਲਾ ਵੀ ਬਾਜ਼ੀ 'ਚ ਪਏਗਾ ਇਨਸ਼ਾਅੱਲਾ ਠੀਕ ਹੈ ਇਹ ਕਬੂਤਰ ਆ ਭਾਅ ਜੀ ਦੇਖੋ ਕਾਲੇ ਦੀ ਤਾਂ ਅੱਖ ਅੱਧੇ ਬੱਚੋ ਘਰੋਂ ਕਬੂਤਰਾਂ ਦੇ ਵਿੱਚੋਂ ਅੱਖ ਚਮਕਦੀ ਇਹਦੀ ਮਾਸ਼ਾਅੱਲਾ ਐਡੀ ਸ਼ਾਨਦਾਰ ਅੱਖ ਦਾ ਇਕੱਲਾ ਕਬੂਤਰ ਹੀ ਹੈ ਯਾਰ ਇਹਦੇ ਦਾ ਠੀਕ ਹੈ ਜੀ ਬੜੀ ਮਿਹਰਬਾਨੀ ਦੋਸਤਾਂ ਦੀ ਬਹੁਤ ਸ਼ੁਕਰੀਆ ਅੱਲਾ ਹਾਫਿਜ਼ ਜਜ਼ਾਕੱਲਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਅਤੇ ਲਾਈਕ ਕਰੋ ਮਿਹਰਬਾਨੀ ਅੱਲਾ ਹਾਫਿਜ਼।